ਇਹ ਪੋਲੀਟੀਕਲ ਕਨਸਪੀਰੇਸੀ ਹੋਈ ਆ। ਬੀਜੇਪੀ ਤਾਂ ਮੇਰੇ ਖਿਲਾਫ ਸੀਗੀ, ਸਾਡੇ ਆਸਤੀਨ ਦੇ ਸਾਂਪ ਸਾਡੇ ਆਪਣੀ ਕਾਂਗਰਸ ਦੀ ਬੁੱਕਲ ਵਿੱਚ ਬਹਿ ਕੇ ਜਿਹੜਾ ਮੇਰੇ ਖਿਲਾਫ ਕਰ ਰਹੇ ਨੇ, ਆਉਣ ਵਾਲੇ ਸਮੇਂ ਤੇ ਮੈਂ ਉਹਨਾਂ ਨੂੰ ਬੇਨਕਾਬ ਕਰੂੰਗਾ। ਆ ਕੜਾ ਲਵਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਮੈਂ ਕਿਹਾ ਜੇ ਜਾ ਨਾ ਤੇ ਲਾ ਦਿਓ, ਇਸ ਕਰਕੇ ਉਹਨਾਂ ਤੋਂ ਲੱਥਾ ਨਹੀਂ। ਕੂੜ ਨੁਖਟੇ ਨਾਨਕਾ ਉੜਕ ਸੱਚ ਰਹੇ, ਸੱਚ ਦੀ ਜਿੱਤ ਹੋਵੇਗੀ, ਬਾਕੀ ਸਭ ਫਰਾਡ। ਤੁਹਾਡੇ ਨਾਲ ਜੋ ਵਿਤਕਰਾ ਕੀਤਾ ਗਿਆ, ਧੱਕੇਸ਼ਾਹੀ ਕੀਤੀ ਗਈ ਜੇਲ੍ਹ 'ਚ, ਤੁਸੀਂ ਭੁੱਖ ਹੜਤਾਲ ਤੇ ਵੀ ਗਏ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਵਿਤਕਰਾ ਜਿਹੜਾ ਹੈ, ਸਰਕਾਰਾਂ ਜਿਹੜੇ ਬੰਦੇ ਜਾਨ ਰੱਖਦੇ ਨੇ, ਦੁਸ਼ਮਣ ਵੀ ਉਹਦੇ ਸਿਆਸੀ ਹੁੰਦੇ ਨੇ ਜਿਹੜੇ ਆਦਮੀ 'ਚ ਜਾਨ ਆ, ਜਿਹੜਾ ਮੁਰਦਾ ਵਾ ਉਹਦਾ ਕੋਈ ਦੁਸ਼ਮਣ ਨਹੀਂ ਗਾ। ਸੋ ਇਸ ਕਰਕੇ ਮੈਨੂੰ ਫਕਰ ਆ ਕਿ ਮੈਂ ਆਪਣੇ ਸੂਬੇ ਦੇ ਲੋਕਾਂ ਲਈ ਲੜਦਾ, ਕਿਸਾਨਾਂ ਲਈ, ਔਰ ਹਰ ਗੱਲ ਬੇਇਨਸਾਫੀ ਦੀ ਮੈਂ ਡਟ ਕੇ ਲੜਾਈ ਲੜੀ ਆ। ਇਹ ਜਿਹੜੇ ਮੇਰੇ ਖਿਲਾਫ ਇਲਜ਼ਾਮ ਤੇ ਮੁਕੱਦਮੇ, ਇਹ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਗਾ। ਅਗਰ ਇਹ ਸਮਝਦੇ ਕਿ ਮੇਰਾ ਮਨੋਬਲ ਡੇਕ ਸਕਣਗੇ, ਦੇ ਆਰ 100% ਰੋਂਗ। ਅਸੀਂ ਅਲਟੀਮੇਟ ਜਿਹੜੀ ਅਲਟੀਮੇਟ ਜਿਹੜੀ ਜਿੱਤ ਹੈ ਨਾ, ਉਹ ਸੱਚ ਦੀ ਹੋਵੇਗੀ। ਇਹ ਜਿਹੜੀ ਸ਼ਰਾਰਤ ਰਚੀਗੀ ਨਾ ਮੇਰੇ ਖਿਲਾਫ, ਮੈਂ ਸਹੀ ਸਮੇਂ ਤੇ ਆਣ ਕੇ ਉਹਦਾ ਪਰਦਾਫਾਸ਼ ਕਰੂੰਗਾ। ਇਹ ਪੋਲੀਟੀਕਲ ਕਨਸਪੀਰੇਸੀ ਹੋਈ ਆ। ਬੀਜੇਪੀ ਤਾਂ ਮੇਰੇ ਖਿਲਾਫ ਸੀਗੀ, ਸਾਡੇ ਆਸਤੀਨ ਦੇ ਸਾਂਪ ਸਾਡੇ ਆਪਣੀ ਕਾਂਗਰਸ ਦੀ ਬੁੱਕਲ ਵਿੱਚ ਬਹਿ ਕੇ ਜਿਹੜਾ ਮੇਰੇ ਖਿਲਾਫ ਕਰ ਰਹੇ ਨੇ, ਆਉਣ ਵਾਲੇ ਸਮੇਂ ਤੇ ਮੈਂ ਉਹਨਾਂ ਨੂੰ ਬੇਨਕਾਬ ਕਰੂੰਗਾ। ਔਰ ਮੇਰੀ ਲੜਾਈ ਸੱਚ ਦੇ ਵਾਸਤੇ ਜਾਰੀ ਰਹੇਗੀ। ਔਰ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਕੂੜ ਨੁਖੁੱਟੇ ਨਾਨਕਾ ਉੜਕ ਸੱਚ ਰਹੇ, ਟਰੁੱਥ ਕੈਨ ਬੀ ਸਪਰੈਸਡ, ਇਟ ਕੈਨੋਟ ਬੀ ਓਵਰਪਾਵਰਡ। ਆਈ ਵਿਲ ਫਾਈਟ ਟੂ ਦਾ ਲਾਸਟ ਬ੍ਰੈਥ ਆਫ ਮਾਈਨ। ਆਈ ਵਿਲ ਕੰਟੀਨਿਊ ਟੂ ਫਾਈਟ ਫਾਰ ਜਸਟਿਸ ਇਨ ਦਿਸ ਕੰਟਰੀ। ਆਈ ਵਿਲ ਕੰਟੀਨਿਊ ਟੂ ਫਾਈਟ ਐਨੀ ਕਾਇੰਡ ਆਫ ਓਪਰੇਸ਼ਨ, ਜਿਤਨਾ ਚਾਹੇ ਉਹ ਲੱਖ ਮੈਨੂੰ ਵਿਕਟਮਾਈਜ਼ ਕਰ ਲੈਣ, ਮੇਰਾ ਮਨੋਬਲ ਵਾਹਿਗੁਰੂ ਦੀ ਕਿਰਪਾ ਦੇ ਨਾਲ 100% ਬੁਲੰਦ। ਦੇਖੋ, ਉਹਨਾਂ ਨੇ ਆ ਮੇਰਾ ਆ ਕੜਾ ਲਵਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਮੈਂ ਕਿਹਾ ਜੇ ਜਾ ਨਾ ਤੇ ਲਾ ਦਿਓ, ਇਸ ਕਰਕੇ ਉਹਨਾਂ ਤੋਂ ਲੱਥਾ ਨਹੀਂ। ਦੂਸਰਾ ਕਿ ਇੱਕ ਮਿੰਟ, ਜਿਹੜੇ ਗਰਾਊਂਡ ਆਫ ਅਰੈਸਟ ਨਾ ਸਾਨੂੰ ਦਿੱਤੇ ਨੇਗੇ ਕਿਸੇ ਨੇ ਅੱਜ ਤੱਕ, ਸਿਰਫ ਦਿਖਾਏ ਨੇ। ਤੁਸੀਂ ਦੇਖੋ ਕਿੱਡੀ ਗੈਰ ਕਾਨੂੰਨੀ ਗੱਲ ਹੈਗੀ ਆ ਕਿ ਤੁਹਾਨੂੰ ਗ੍ਰਿਫਤਾਰ ਕਰ ਰਹੇ ਨੇ, ਤੁਹਾਨੂੰ ਦੱਸ ਵੀ ਨਹੀਂ ਰਹੇ ਕਦ ਲਈ ਗ੍ਰਿਫਤਾਰ ਕੀਤਾ ਜਾ ਰਿਹਾ। ਮੇਰੇ ਵਕੀਲ ਕੋਈ ਜਿਹੜੀ ECIR ਰਜਿਸਟਰ ਕੀਤੀ ਆ ED ਨੇ, ਉਹਦੀ ਕਾਪੀ ਨਹੀਂ ਦਿੱਤੀ, ਗਰਾਊਂਡਸ ਆਫ ਅਰੈਸਟ ਨਹੀਂ ਦਿੱਤੇ, ਸਿਰਫ ਪੜਾਏ। ਉਹਦੇ 'ਚ ਇੱਕ ਗੱਲ ਮੈਨੂੰ ਨਜ਼ਰ ਆ ਰਹੀ ਸੀਗੀ ਕਿ ਜੀ ਮੇਰੇ ਖਿਲਾਫ਼ ਆ ਰਹੀ ਸੀ ਜੀ ਕਿ ਜੀ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਨਾਮ 'ਤੇ ਬਾਹਰੋਂ ਪੈਸੇ ਇਕੱਠੇ ਕੀਤੇ। ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਕਿ ਮੇਰਾ ਟੂਰ ਆਮ ਆਦਮੀ ਪਾਰਟੀ ਵੱਲੋਂ ਸਪੋਂਸਰਡ ਸੀਗਾ, ਉਹਨਾਂ ਦੀ ਆਰਗੇਨਾਈਜੇਸ਼ਨ ਨੇ ਸਪੋਂਸਰ ਕੀਤਾ। ਮੈਂ 16 ਸ਼ਹਿਰਾਂ ਦਾ ਟੂਰ ਕੀਤਾ, ਉਹਦੇ ਪੋਸਟਰ ਜਾਰੀ ਕੀਤੇ, ਉਹਨਾਂ ਨੇ ਆਮ ਆਦਮੀ ਪਾਰਟੀ ਆਫੀਸ਼ੀਅਲ ਜਿਹੜਾ ਪੇਜ ਆ USA ਦਾ, ਉਹਦੇ ਵੈਰੀਫਾਈਡ 1.5 ਲੱਖ ਫੋਲੋਅਰਸ ਆ, ਉਹਦੇ 'ਤੇ ਮੇਰੇ ਪੋਸਟਰ ਸ਼ੇਅਰ ਕੀਤੇ, ਟੇਬਲ ਲੱਗਦੇ ਸੀ, ਉਹਨਾਂ ਦੇ ਵਾਲੰਟੀਅਰ ਪੈਸੇ ਇਕੱਠੇ ਕਰਦੇ ਸੀਗੇ। ਉਹ ਸਾਰਾ ਪੈਸਾ ਕੇਜਰੀਵਾਲ ਨੂੰ ਗਿਆ ਵਾ, ਤੇ ਬੇਬੁਨਿਆਦ ਮੇਰੇ ਤੇ ਇਲਜ਼ਾਮ ਲਾ ਕੇ, ਇਦਾਂ ਦੇ ਝੂਠੇ ਮਨ ਘੜਤ ਇਲਜ਼ਾਮ ਲਾ ਕੇ। ਔਰ ਜਿਹੜਾ ਮੇਰਾ ਸ਼ਡਿਊਲ ਡਿਫੈਂਸ ਲਿਆ ਇਹਨਾਂ ਨੇ ਫਾਜ਼ਿਲਕਾ ਦਾ, ਉਹਦੇ 'ਚ ਮੇਰਾ FIR ਵਿੱਚ ਨਾਮ ਨੀਗਾ, ਮੇਰਾ ਚਲਾਨ ਵਿੱਚ ਨਾਮ ਨੀਗਾ, ਮੇਰਾ ਸਾਰੀ ਟ੍ਰਾਇਲ, ਉਹ ਬੰਦਿਆਂ ਨੂੰ ਸਜ਼ਾ ਹੋਈ, ਕਿਸੇ ਵਿਟਨੈਸ ਨੇ ਮੇਰਾ ਨਾਮ ਨਹੀਂ ਲਿਆ, ਮੇਰੇ ਤੋਂ ਕੋਈ ਰਿਕਵਰੀ ਨਹੀਂ ਗੀ। ਉਸੇ ਸ਼ਡਿਊਲ ਡਿਫੈਂਸ ਨੂੰ ਬਣਾ ਕੇ ਮੇਰੇ ਖਿਲਾਫ਼ ਜੋ ਕਾਰਵਾਈ ਕੀਤੀ, ਔਰ ਸਭ ਤੋਂ ਵੱਡੀ ਗੱਲ ਕਿ ਸੁਪਰੀਮ ਕੋਰਟ ਨੇ NDPS ਦਾ ਫਾਜ਼ਿਲਕਾ ਦਾ ਕੇਸ ਸਟੇਅ ਕੀਤਾ ਹੋਇਆ। ਇਹਦੇ ਨਾਲੋਂ ਜ਼ਿਆਦਾ ਅਨਿਆਏ ਅਤੇ ਹਨੇਰਗਰਦੀ ਇਸ ਦੇਸ਼ ਵਿੱਚ ਨਹੀਂ ਹੋ ਸਕਦੀ। ਮੈਨੂੰ ਦੁੱਖ ਇਸ ਗੱਲ ਦਾ ਥੋੜ੍ਹਾ ਜਿਹਾ ਕਿ ਮੇਰੀ ਪਾਰਟੀ ਨੇ ਘੱਟ ਸਾਥ ਦਿੱਤਾ।